ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ, ਮੇਰਾ ਨਾਮ ਹੈਗਾ ਚਰਨਜੋਤ ਸਿੰਘ ਅਤੇ ਮੈਂ ਪਿਛੋਕੜ ਪਿੰਡ ਸਰੀਂਹ ਦਾ ਰਹਿਣ ਵਾਲਾ ਹਾਂ ਜੀ। ਅਤੇ ਮੈਂ ਇੱਕ ਪੋਇਟਰੀ ਲਿਖੀ ਹੈ ਜਿਸਦਾ ਨਾਮ ਹੈਗਾ ਜੀ ਪਰਦੇਸ। ਅਤੇ ਇਸ ਦੇ ਵਿੱਚ ਮੈਂ ਦੱਸਿਆ ਕਿ ਇੱਕ ਪਰਦੇਸ ਗਏ ਵੀਰ ਨਾਲ ਕੀ ਬੀਤਦਾ ਹੈ ਅਤੇ ਉਸਨੂੰ ਇੱਕ ਸੁਪਨਾ ਆਉਂਦਾ ਅਤੇ ਸੁਪਨੇ ਦੇ ਵਿੱਚ ਉਹਦੇ ਨਾਲ ਕੀ ਵਾਪਰਦਾ ਆ। ਅਤੇ ਮੈਂ ਸ਼ੁਰੂ ਕਰਨ ਲੱਗਾ ਜੀ ਪੋਇਟਰੀ, ਤੁਸੀਂ ਗੌਰ ਨਾਲ ਜਦੋਂ ਤੁਸੀਂ ਇਹਨੂੰ ਪੋਇਟਰੀ ਨੂੰ ਸੁਣੋਗੇ ਤੁਹਾਨੂੰ ਜ਼ਰੂਰ ਪਸੰਦ ਆਏਗੀ ਜੀ ਪੋਇਟਰੀ। ਅਤੇ ਆਪਾਂ ਸ਼ੁਰੂ ਕਰਨ ਲੱਗੇ ਹਾਂ ਜੀ ਪੋਇਟਰੀ, ਅਤੇ ਤੁਸੀਂ ਜ਼ਰੂਰ ਧਿਆਨ ਦਿਓ ਅਤੇ ਜੇ ਤੁਹਾਨੂੰ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਰਾਤ ਜਦ ਸਭ ਭੁੱਲ ਭੁਲਾ ਕੇ ਪਲੰਘ 'ਤੇ ਸੀ ਪੈਣ ਲੱਗਾ, ਸੁਪਨਿਆਂ ਦੀ ਜ਼ਿੰਦਗੀ 'ਚ ਜਦ ਪੈਰ ਸੀ ਤਰਨ ਲੱਗਾ, ਅੱਖਾਂ ਬੰਦ ਕਰ ਹਕੀਕਤ ਸੀ ਭੁੱਲਣ ਲੱਗਾ। ਮਾਂ ਨੇ ਆਵਾਜ਼ ਦਿੱਤੀ, ਪੁੱਤ ਕੀ ਕੋਈ ਗੱਲਬਾਤ ਹੈ? ਮੈਂ ਝੂਠਾ ਜਿਹਾ ਕਹਿ ਦਿੱਤਾ, ਹੋ ਨਾ ਨਾ ਬੇਬੇ, ਸਭ ਠੀਕ ਠਾਕ ਹੈ। ਮਾਂ ਨੇ ਮੱਥੇ 'ਤੇ ਹੱਥ ਫੇਰ ਲਾੜ ਲੜਾਇਆ, ਜਦ ਸਭ ਦੁੱਖ ਭੁੱਲ ਗਿਆ ਉਹ ਇੱਕ ਹੀ ਪਲ ਵਿੱਚ। ਬਾਪ ਨੇ ਮੋਢੇ 'ਤੇ ਜਦ ਥੱਪ ਥਪਾਇਆ ਸੀ, ਇਹਨੂੰ ਕੁਛ ਨਹੀਂ ਹੋ ਸਕਦਾ, ਉਹ ਕਹਿ ਕੇ ਹੌਸਲਾ ਵਧਾਇਆ ਸੀ। ਮਾਂ ਨੇ ਬੁਰਕੀ ਤੋੜ ਮੂੰਹ ਮੇਰੇ ਵਿੱਚ ਪਾਈ, ਜਦ ਅੱਥਰੂ ਨਾ ਰੋਕ ਪਾਇਆ, ਹੱਥ ਉਹਦੇ 'ਤੇ ਹੰਝੂ ਡਿੱਗਿਆ, ਜਦ ਕੁੱਟ ਸੀਨੇ ਨਾਲ ਲਾ ਲਿਆ ਮੈਨੂੰ ਮੇਰੀ ਮਾਂ ਨੇ। ਭੈਣ ਦਰਵਾਜ਼ੇ ਓਲੇ ਖੜ੍ਹੀ, ਇੱਕ ਹੀ ਸਵਾਲ ਲੈ, ਵੀਰਾ ਕਮਜ਼ੋਰ ਕਿਉਂ ਪਈ ਜਾਂਦਾ? ਪਰਦੇਸ ਹੁਣ ਜਾ ਕੇ ਤੂੰ ਹੀ ਜਿੱਦ ਪਾਈ ਸੀ ਮਾਂ ਦੀਆਂ ਵਾਲੀਆਂ ਲਵਾ ਕੇ, ਹੁਣ ਸਭ ਕੁਛ ਸਵਾਰਨਾ ਤੇਰੇ ਹੀ ਹੱਥ ਵਾਰ ਹੈ। ਬਾਪ ਦੀ ਜ਼ਮੀਨ ਅਤੇ ਮਾਂ ਦੀਆਂ ਵਾਲੀਆਂ ਦਾ ਸਵਾਲ ਹੈ, ਛੋਟੇ ਵੀਰੇ ਦੀ ਮੰਗ ਅਤੇ ਮੇਰਾ ਵਿਆਹ ਵੀ ਪੱਕਾ ਹੈ। ਦਾਜ 'ਚ ਮੰਗਦੇ ਗੱਡੀ ਅਤੇ ਬਾਪ ਸਿਰ ਕਰਜ਼ੇ ਦਾ ਭਾਰ ਹੈ, ਗੱਡੀ 7 ਲੱਖ ਦੀ ਅਤੇ ਮਰਲਾ 5 ਲੱਖ ਦਾ, ਕੋਈ ਸੌਦਾ ਨਾ ਸੀ ਵੱਜਿਆ, ਹਾਂ ਇਸੇ ਲਈ ਬਚ ਗਿਆ। ਸਭ ਕੁਛ ਸੁਣ ਮੇਰੀ ਅੱਖ ਸੀ ਭਾਰੇ ਆਈ, ਸੁਪਨਿਆਂ 'ਚ ਜਿਉਂਦੀ ਤਕਦੀਰ ਸੀ ਖੁੱਲ੍ਹੇ ਆਈ। ਦਿਲ ਵਿੱਚ ਛੁਪੀ ਪੁਕਾਰ ਕੀ ਹੈ ਬਾਹਰ ਆਈ, ਮੇਰੇ ਮਨ ਨੇ ਉਦੋਂ ਮੇਰੇ ਤੋਂ ਇੱਕ ਸਵਾਲ ਹਾਂ ਪੁੱਛਿਆ, ਦੱਸ ਵੀ ਕਾਕਾ ਹੁਣ ਕਿਹੜਾ ਰਾਹ ਤੂੰ ਚੁਣਿਆ? ਫੋਟੋ ਕੱਢ ਸਰੀਮ ਵਾਲੇ ਘਰ ਦੀ, ਭਾਵੇਂ ਹਿੱਕ ਨਾਲ ਲਾਈ ਹੈ, ਅੱਖੀਆਂ 'ਚ ਪਾਣੀ ਭਾਵੇਂ, ਸੌਂ ਨਾ ਟੁੱਟਣੇ ਦੀ ਖਾਈ ਹੈ। ਪਰਦੇਸੀ ਹੋਣਾ ਕੌਣ ਚਾਹੁੰਦਾ ਚਰਨ, ਇਹ ਤਾਂ ਮਜਬੂਰੀਆਂ, ਵੱਡੀਆਂ ਨੇ ਖੜੀਆਂ ਲੋੜਾਂ, ਛੋਟੀਆਂ ਹੱਲੇ ਹੋਈਆਂ ਪੂਰੀਆਂ। ਜਿਵੇਂ ਜਿਵੇਂ ਕੱਟੀ ਜਾਵਾਂ ਇਹ ਜ਼ਿੰਦਗੀ, ਇਹ ਤਾਂ ਹੋ ਹੀ ਜਾਣ ਦੁਨੀਆ, ਲੱਗਦਾ ਵਤਨੀ ਜਾਣਾ ਹੁਣ ਮਖੌਲ ਜਿਹਾ ਹੋ ਗਿਆ। ਡਾਲਰਾਂ ਦੇ ਵਿੱਚ ਮੈਂ ਪੁੱਤ ਤੇਰਾ ਖੋ ਗਿਆ, ਪਰਦੇਸੀ ਸਾਰੇ ਕਹਿੰਦੇ ਸੀ ਹੁਣ ਚਰਨ ਪਰਦੇਸਾਂ ਦਾ ਹੀ ਹੋ ਗਿਆ। ਪਿੰਡ ਸਰੀਂਹ ਦਾ ਨਜ਼ਾਰਾ ਮੈਂ ਹੁਣ ਤਾਂ ਯਾਦਾਂ 'ਚੋਂ ਵੀ ਖੋ ਗਿਆ, ਪਿੰਡ ਸਰੀਂਹ ਦਾ ਨਜ਼ਾਰਾ ਮੈਂ ਹੁਣ ਤਾਂ ਯਾਦਾਂ 'ਚੋਂ ਵੀ ਖੋ ਗਿਆ। ਲਓ ਜੀ ਇਹ ਸੀਗੀ ਇੱਕ ਪੋਇਟਰੀ ਜਿਹੜੀ ਮੈਂ ਲਿਖੀ ਸੀਗੀ, ਹੋਪ ਸੋ ਤੁਹਾਨੂੰ ਸਾਰਿਆਂ ਨੂੰ ਪਸੰਦ ਆਏਗੀ ਜੀ ਇਹ। ਅਤੇ ਜੇ ਪਸੰਦ ਆਈ ਤਾਂ ਮੈਂ ਇੱਕ ਵਾਰੀ ਫੇਰ ਕਹਿੰਦਾ ਕਿ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰ ਦਿਓ, ਅਤੇ ਮੈਂ ਇੰਨਾ ਹੀ ਤੁਹਾਡੇ ਕਹਿੰਦਾ ਹੋਇਆ, ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ ਜੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।